ਫਿਲਮਾਂ ਦੇ ਕਈ ਪੋਸਟਰ ਅਤੇ ਸੀਨ ਅਕਸਰ ਵਿਵਾਦਾਂ ਦੇ ਘੇਰੇ 'ਚ ਆ ਜਾਂਦੇ ਨੇ। ਕੁਝ ਦਿਨ ਪਹਿਲਾਂ ਡਾਇਰੈਕਟਰ ਅਨੁਰਾਗ ਕਸ਼ਯਪ ਤੇ ਅਦਾਕਾਰ ਸੈਫ ਅਲੀ ਖਾਨ ਦੀ ਫਿਲਮ ਸੈਕਰੇਟ ਗੇਮਸ 'ਚ ਇਤਰਾਜ਼ ਜਤਾਇਆ ਗਿਆ ਸੀ ਅਤੇ ਹੁਣ ਇੱਕ ਹੋਰ ਫਿਲਮ ਇਸ਼ਕ ਮਾਈ ਰਿਲੀਜ਼ਨ ਦਾ ਪੋਸਟਰ ਵਿਵਾਦਾਂ 'ਚ ਆ ਗਿਆ, ਜਿਸ ਵਿੱਚ ਫਿਲਮ ਦੇ ਅਦਾਕਾਰਾਂ ਦੀ ਤਸਵੀਰ ਦੇ ਥੱਲੇ ਸ੍ਰੀ ਹਰਿਮੰਦਰ ਸਾਹਿਬ ਦੀ ਫੋਟੋ ਲਗਾਈ ਗਈ ਹੈ ਅਤੇ ਇਸ਼ਕ ਦੇ ਨਾਂ ਦੇ ਨਾਲ ਮਾਈ ਰਿਲੀਜ਼ਨ ਸ਼ਬਦ ਦੀ ਵਰਤੋਂ ਕੀਤੀ ਗਈ ਹੈ, ਜਿਸ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਉਸ ਤੇ ਆਪਣੀ ਪ੍ਰਤੀਕਿਰਿਆ ਵਿਅਕਤ ਕੀਤੀ ਹੈ ਅਤੇ ਸਖ਼ਤ ਸ਼ਬਦਾਂ 'ਚ ਚੇਤਾਵਨੀ ਦਿੱਤੀ ਹੈ ਕਿ ਡਾਇਰੈਕਟਰਾਂ ਨੂੰ ਆਪਣੀਆਂ ਫਿਲਮਾਂ ਦੀ ਮਸ਼ਹੂਰੀ ਵਾਸਤੇ ਅਜਿਹੀਆਂ ਹਰਕਤਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਬਾਲੀਵੁੱਡ ਦੁਆਰਾ ਬਾਰ ਬਾਰ ਰਿਲੀਜੀਅਸ ਸਿੰਬਲਸ ਕੋ ਇਸਤੇਮਾਲ ਕੀਆ ਜਾਤਾ ਹੈ, ਉਨਕੀ ਬੇਅਦਬੀ ਕੀ ਜਾਤੀ ਹੈ ਔਰ ਯੇ ਕੰਟਰੋਵਰਸੀ ਜਾਨ ਬੁੱਝ ਕਰ ਬਾਰ ਬਾਰ ਕ੍ਰੀਏਟ ਕਰੀ ਜਾਤੀ ਹੈ। ਅਬ ਗੁਰਦੀਪ ਢਿੱਲੋਂ ਦੁਆਰਾ ਯੇ ਆਸ਼ਕ ਕੀ ਮਾਈ ਰਿਲੀਜਨ ਯੇ ਮੂਵੀ ਕੇ ਪੋਸਟਰ ਪੇ ਜੋ ਪੂਰੀ ਦਿੱਲੀ ਮੇਂ ਔਰ ਦੇਸ਼ ਮੇਂ ਲਗੇ ਉਸ ਪੇ ਦਰਬਾਰ ਸਾਹਿਬ ਕੀ ਪਿਕਚਰ ਲਗਾ ਕਰ ਸ਼੍ਰੀ ਦਰਬਾਰ ਸਾਹਿਬ ਸਵਰਨ ਮੰਦਿਰ ਗੋਲਡਨ ਟੈਂਪਲ ਯੇ ਸਭੀ ਧਰਮੋਂ ਕੀ ਆਸਥਾ ਕਾ ਪ੍ਰਤੀਕ ਇੱਕ ਮੁਕੱਦਸ ਸਥਾਨ ਹੈ, ਇੱਕ ਐਸਾ ਮੁਕੱਦਸ ਸਥਾਨ ਜਿਸ ਪੇ ਸਿੱਖ ਹੀ ਨਹੀਂ ਬਲਕਿ ਸਭ ਧਰਮੋਂ ਕੇ ਲੋਕ ਸੀਸ ਨਿਵਾਤੇ ਹੈ। ਲੇਕਿਨ ਮੂਵੀਜ਼ ਕੀ ਇੱਕ ਡਾਇਰੈਕਟਰਸ ਕੀ ਆਦਤ ਬਣ ਚੁੱਕੀ ਹੈ ਚੀਪ ਪਬਲਿਸਿਟੀ ਲੈਣੇ ਕੇ ਲਈ, ਆਪਣੇ ਆਪ ਕੋ ਪ੍ਰਮੋਟ ਕਰਨੇ ਕੇ ਲਈ, ਆਪਣੀ ਮੂਵੀ ਕੋ ਪ੍ਰਮੋਟ ਕਰਨੇ ਕੇ ਲਈ ਬਾਰ ਬਾਰ ਰਿਲੀਜੀਅਸ ਸਿੰਬਲਸ ਕਾ ਇਸਤੇਮਾਲ ਕੀਆ ਜਾਤਾ ਹੈ ਔਰ ਫਿਰ ਇਹ ਕੰਟਰੋਵਰਸੀ ਕ੍ਰੀਏਟ ਕੀ ਜਾਤੀ ਹੈ। ਮੈਨੇ ਪ੍ਰਕਾਸ਼ ਜਾਵੇਦਕਰ ਜੀ ਕੋ ਆਜ ਇਹ ਲਿਖਾ ਹੈ, ਇਸ ਮੂਵੀ ਕੋ ਬੈਨ ਕੀਆ ਜਾਏ, ਇਨਕੋ ਬੰਦ ਕੀਆ ਜਾਏ, ਇੱਕ ਯੇ ਸਟੈਂਡਿੰਗ ਇੰਸਟਰਕਸ਼ਨਸ ਆਰਡਰ ਹੋਣੀ ਚਾਹੀਏ, ਜੋ ਵੀ ਰਿਲੀਜੀਅਸ ਕੰਟਰੋਵਰਸੀ ਕ੍ਰੀਏਟ ਕਰਤਾ ਹੈ ਉਸ ਮੂਵੀ ਕੋ ਬੈਨ ਕੀਆ ਜਾਏਗਾ, ਦੈਟ ਸ਼ੁਡ ਨਾਟ ਬੀ ਅਲਾਊਡ ਟੂ ਬੀ ਸਕਰੀਨ। ਕਿਉਂਕਿ ਬਾਰ ਬਾਰ ਚੀਪ ਪਬਲਿਸਿਟੀ ਕੇ ਲਈ ਹਮੇ ਬਾਰ ਬਾਰ ਉਕਸਾਇਆ ਜਾਤਾ ਹੈ, ਬਾਰ ਬਾਰ ਹਮਲਾ ਕੀਆ ਜਾਤਾ, ਹਮੇ ਪਤਾ ਹੈ ਯੇ ਕਿਉਂ ਕਰ ਰਹੇ ਹੈ, ਯੇ ਪਬਲਿਸਿਟੀ ਚਾਹਤੇ ਹੈ, ਲੇਕਿਨ ਹਮਾਰੀ ਮਜਬੂਰੀ ਹੈ, ਹਮ ਆਪਣੇ ਯੇ ਗੁਰੂਧਾਮੋਂ ਕੀ ਗੁਰਦੁਆਰਾ ਸਾਹਿਬਾਨੋਂ ਕੀ ਰਿਲੀਜੀਅਸ ਸਿੰਬਲਸ ਕੀ ਬੇਅਦਬੀ ਹੋਤੇ ਨਹੀਂ ਦੇਖ ਸਕਤੇ। ਗੁਰਦੀਪ ਢਿੱਲੋਂ ਕੋ ਮੈਂ ਵਾਰਨ ਕਰਨਾ ਚਾਹਤਾ ਹੂੰ, ਇਮੀਡੀਏਟਲੀ ਇਸਕੋ ਵਿਦਡਰਾ ਕਰੋ, ਹਮ ਆਪਕੇ ਖਿਲਾਫ ਲੀਗਲ ਐਕਸ਼ਨ ਤੋ ਲੇਂਗੇ, ਲੇਕਿਨ ਹਮ ਸੜਕੋ ਪੇ ਉਤਰੇਂਗੇ ਔਰ ਆਪਕੀ ਮੂਵੀ ਕੋ ਚਲਨੇ ਨਹੀਂ ਦੇ। ਇਸ ਮਸਲੇ ਤੇ ਸਿੱਖ ਚਿੰਤਕਾਂ ਅਤੇ ਸਿੱਖ ਲੀਡਰਾਂ ਨੇ ਵੀ ਆਪੋ ਆਪਣੀ ਪ੍ਰਤੀਕਿਰਿਆਵਾਂ ਦਿੱਤੀਆਂ ਨੇ, ਜਿਸ ਵਿੱਚ ਉਹਨਾਂ ਨੇ ਫਿਲਮ ਦੇ ਡਾਇਰੈਕਟਰ ਦੀ ਇਸ ਹਰਕਤ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜਿਸ ਤਰ੍ਹਾਂ ਫਿਲਮ ਇੰਡਸਟਰੀ 'ਚ ਪਿਛਲੇ ਕਾਫੀ ਸਮੇਂ 'ਚੋਂ ਐਵੇਂ ਦੇ ਜਿਹੜੇ ਆ ਪੇਸ਼ ਕੀਤੇ ਜਾਂਦੇ ਆ ਜਿਹਦੇ ਨਾਲ ਉਹਨਾਂ ਨੂੰ ਲੱਗਦਾ ਕਿ ਸਾਨੂੰ ਇੱਕੋ ਜਮ ਜਿਹੜੀ ਇਹਦਾ ਬੈਨੀਫਿਟ ਹੁੰਦੇ ਆ, ਕਮਰਸ਼ਲ ਬੈਨੀਫਿਟ ਹੁੰਦੇ ਆ ਜਦੋਂ ਕੋਈ ਵਿਵਾਦ ਹੁੰਦਾ ਹੈਗਾ ਆ। ਸੋ ਇਹ ਤਾਂ ਠੀਕ ਹੈ, ਇਵੇਂ ਦੇ ਬੰਦੇ ਜਿਹੜੇ ਆ ਇਹਨਾਂ ਨੂੰ ਵਾਰ ਵਾਰ ਆਪਣੇ ਇੰਟਰਸਟ ਵਾਸਤੇ ਕਰਦੇ ਰਹਿਣਗੇ, ਪਰ ਜਿਹੜੀਆਂ ਵੱਡੀਆਂ ਸੈਂਸਰ ਬੋਰਡ ਆ ਉਹ ਕੀ ਕਰਦਾ ਆ, ਐਡੇ ਵੱਡੇ ਜਿਹੜਾ ਸਾਡਾ ਜਿਹੜੇ ਲੋਕ ਨੇ ਉਹਨਾਂ ਦੀਆਂ ਧਾਰਮਿਕ ਭਾਵਨਾ ਨੂੰ ਭੜਕਾਇਆ ਜਾ ਰਿਹਾ ਅਤੇ ਉਹ ਓਕੇ ਕਰ ਦਿੰਦੇ ਆ ਸਾਰੀਆਂ ਚੀਜ਼ਾਂ ਨੂੰ। ਇਹ ਸਿਰਫ ਅਤੇ ਸਿਰਫ ਸਾਨੂੰ ਇਹ ਇਸ ਦੇਸ਼ ਦੇ ਵਿੱਚ ਦੂਜਾ ਸ਼ਹਿਰੀ ਹੋਣ ਦਾ ਵਾਰ ਵਾਰ ਅਹਿਸਾਸ ਕਰਾਇਆ ਜਾ ਰਿਹਾ, ਕਦੀ ਉਹ ਨਸ਼ਿਆਂ ਦੇ ਉੱਤੇ ਜਿਹੜੇ ਉਹਨਾਂ ਦੀ ਦਰਬਾਰ ਸਾਹਿਬ ਦੀ ਫੋਟੋ ਛਾਪੀ ਜਾ ਰਹੀ ਆ, ਇਹ ਉਸੇ ਕੰਸਪਰੇਸੀ ਦਾ ਹਿੱਸਾ ਹੈਗਾ, ਉਸੇ ਛਾਜ ਦਾ ਜਿਹਦੇ ਤਹਿਤ ਪਹਿਲਾਂ ਦਰਬਾਰ ਸਾਹਿਬ ਨੂੰ ਢਾਇਆ ਗਿਆ ਅਤੇ ਹੁਣ ਜਿਹੜਾ ਲਗਾਤਾਰ ਇਹ ਇੱਕ ਕਿਸਮ ਦੇ ਮੈਂ ਕਹਿੰਦਾ ਵੀ ਅਟੈਕ ਹੀ ਆ ਲਗਾਤਾਰ, ਜਿਹੜਾ ਉਹਦੀ ਲਗਾਤਾਰਤਾ ਦੇ ਵਿੱਚ ਇਹ ਜਿਹੜਾ ਇਹਨਾਂ ਨੇ ਸਾਕਾ 1984 ਦੇ ਵਿੱਚ ਕੀਤਾ ਸੀਗਾ ਜੂਨ ਦੇ ਵਿੱਚ, ਉਹਦੀ ਲਗਾਤਾਰਤਾ ਦੇ ਵਿੱਚ ਇਹ ਹੈਗੇ ਆ, ਉਹਨੂੰ ਕਰਾਉਣ ਵਾਲਾ ਢਿੱਲੋਂ ਹੋਵੇ, ਸੰਧੂ ਹੋਵੇ, ਕੋਈ ਹੋਰ ਹੋਵੇ, ਉਹ ਬੰਦੇ ਜਿਹੜੇ ਆ ਪਾਤਰ ਬਦਲਦੇ ਰਹਿੰਦੇ ਆ, ਲੇਕਿਨ ਲੋਕਾਂ ਦੇ ਮਨਾਂ ਦੇ ਵਿੱਚ ਉਹਦੀ ਜਿਹੜੀ ਮਹੱਤਤਾ, ਉਹਦੀ ਪਵਿੱਤਰਤਾ ਜਿਹੜੀ ਆ ਉਹਦੇ 'ਤੇ ਅਟੈਕ ਕੀਤਾ ਜਾਂਦਾ, ਉਹਦੀਆਂ ਭਾਵਨਾਵਾਂ ਦੇ ਉੱਤੇ ਸੱਟ ਮਾਰਨ ਦੇ ਜਿਹੜੇ ਲਗਾਤਾਰ ਯਤਨ ਨੇ। ਦੇਖੋ ਇਹ ਕੋਈ ਪਹਿਲੀ ਵਾਰੀ ਨਹੀਂ ਹੋਇਆ, ਇਹ ਮਤਲਬ ਪਹਿਲਾਂ ਵੀ ਇਹੋ ਜਿਹੀਆਂ ਘਟਨਾਵਾਂ ਬਹੁਤ ਹੋ ਚੁੱਕੀਆਂ ਕਿ ਬਈ ਲੋਕਾਂ ਦੀ ਜਿਹੜੀ ਆਮ ਜਨਤਾ ਦੀ ਮਾਨਸਿਕਤਾ ਹੈਗੀ ਹੈ ਕਿਸੇ ਵੀ ਧਰਮ ਦੀ ਜਿਹੜੇ ਮੰਨਣ ਵਾਲੇ ਹੈਗੇ ਆ ਉਹਨਾਂ ਦੇ ਨਾਲ ਇਹ ਚੀਜ਼ਾਂ ਘਟਦੀਆਂ ਰਹਿੰਦੀਆਂ। ਮੈਂ ਇਹ
ਚਾਹਾਂਗਾ ਕਿ ਸਰਕਾਰ ਕੋਈ ਐਸੇ ਨਿਯਮ ਬਣਾਏ ਕਿ ਜਦੋਂ ਕੋਈ ਵੀ ਫਿਲਮ ਨਿਰਮਾਤਾ ਫਿਲਮ ਦੀ ਰਜਿਸਟ੍ਰੇਸ਼ਨ ਲਈ ਅਪਲਾਈ ਕਰਦਾ, ਉਸੇ ਸਮੇਂ ਉਸ ਕੋਲੋਂ ਐਸੇ ਐਫੀਡੈਵਿਟ ਜਾਂ ਕੋਈ ਐਸੀ ਜੀ ਮਤਲਬ ਉਹਦੇ ਕੋਲੋਂ ਲੈ ਲੈਣੀ ਚਾਹੀਦੀ ਹੈ ਕਿ ਵੀ ਉਹ ਕੋਈ ਵੀ ਐਸੀ ਗੱਲ ਨਹੀਂ ਕਰੇਗਾ ਜਿਹਦੇ ਨਾਲ ਜਨਤਾ ਦੇ ਜਾਂ ਕਿਸੇ ਦੇ, ਖਾਸ ਕਰਕੇ ਮਨੋਰਟੀ ਦੇ ਨਾਲ ਜਾਂ ਕਿਸੇ ਦੇ ਵੀ ਧਰਮ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਚੀਜ਼ਾਂ ਹੈਗੀਆਂ ਉਹਦੇ ਨਾਲ ਉਹਦੀ ਮਤਲਬ ਠੇਸ ਨਾ ਪਹੁੰਚੇ। ਇਹੋ ਜਿਹੀਆਂ ਚੀਜ਼ਾਂ ਉਹਨਾਂ ਨੂੰ ਸ਼ੁਰੂ ਦੇ ਵਿੱਚ ਹੀ ਫਿਲਮ ਨਿਰਮਾਤਾ ਕੋਲੋਂ ਇਹ ਚੀਜ਼ਾਂ ਜਦੋਂ ਉਹਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ ਦਿੱਤਾ ਜਾਂਦਾ ਉਦੋਂ ਕਰ ਲੈਣੀਆਂ ਚਾਹੀਦੀਆਂ। ਉਸ ਤੋਂ ਬਾਅਦ ਫਿਰ ਗਵਰਨਮੈਂਟ ਦੇ ਕੋਲ ਸੈਂਸਰ ਬੋਰਡ ਵੀ ਆਉਂਦਾ, ਬਹੁਤ ਜਗ੍ਹਾ 'ਤੇ ਜਾ ਕੇ ਫਿਲਮ ਨਿਰਮਾਤਾ ਨੂੰ ਸਰਕਾਰ ਦੇ ਨਾਲ ਵਾਹ ਵਾਸਤਾ ਪੈਂਦਾ। ਗਵਰਨਮੈਂਟ ਨੂੰ ਚਾਹੀਦਾ ਕਿ ਵੀ ਉਹ ਇਹੋ ਜਿਹੇ ਕੋਈ ਨਿਯਮ ਬਣਾਵੇ ਕਿ ਜਿਹਦੇ ਨਾਲ ਇਹ ਚੀਜ਼ਾਂ ਜਿਹੜੀਆਂ ਰੋਕੀਆਂ ਜਾ ਸਕਣ। ਜਾਂ ਤੁਹਾਨੂੰ ਇਹ ਨਹੀਂ ਲੱਗਦਾ ਵੀ ਜਿਹੜੀਆਂ ਇੱਦਾਂ ਦੀਆਂ ਕਾਰਵਾਈਆਂ ਉਹ ਫਿਲਮ ਮੇਕਰ ਜਾਣ ਬੁੱਝ ਕੇ ਕਰਦੇ ਆ ਤਾਂ ਜੋ ਵਿਵਾਦ ਪੈਦਾ ਹੋਵੇ ਅਤੇ ਉਹਨਾਂ ਨੂੰ ਫਿਲਮ ਦੀ ਜਿਹੜੀ ਪਬਲਿਸਿਟੀ ਮਿਲੇ? ਨਹੀਂ, ਦੇਖੋ ਫਿਲਮ ਮੇਕਰ ਤਾਂ ਜਾਣ ਬੁੱਝ ਕੇ ਕਰਦਾ ਹੀ ਕਰਦਾ, ਉਹਨੇ ਤਾਂ ਮੇਨ ਇਹ ਹੈ ਕਿ ਵੀ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣੀ ਹੁੰਦੀ ਹੈ। ਜੇ ਇਹ ਦਰਬਾਰ ਸਾਹਿਬ ਦੀ ਫੋਟੋ ਨਾ ਲਾਉਂਦਾ ਤਾਂ ਕਿਸੇ ਨੇ ਇਹ ਪੋਸਟਰ ਨਹੀਂ ਸੀ ਦੇਖਣਾ। ਹੁਣ ਉਹਨੇ ਤਾਂ ਇਹ ਮਤਲਬ ਹਰਕਤ ਕੁਝ ਹੀ ਹਰਕਤ ਕਰਨੀ ਕਰਨੀ ਹੈ। ਗੱਲ ਇਹ ਹੈ ਕਿ ਵੀ ਗਵਰਨਮੈਂਟ ਨੂੰ ਚਾਹੀਦਾ ਕਿ ਵੀ ਇਹੋ ਜਿਹੀਆਂ ਕੁਝ ਹਰਕਤਾਂ ਗਵਰਨਮੈਂਟ ਸਰਕਾਰ ਨੇ ਕਿਵੇਂ ਰੋਕਣੀਆਂ ਉਹਨੂੰ, ਮਤਲਬ ਨਿਰਮਾਤਾ ਨੂੰ ਉਹਨਾਂ ਨੂੰ ਸ਼ੁਰੂ ਦੇ ਵਿੱਚ ਹੀ ਕਹਿ ਦੇਣਾ ਚਾਹੀਦਾ ਕਿ ਤੂੰ ਕੋਈ ਵੀ ਐਸੀ ਚੀਜ਼ ਨਹੀਂ ਕਰੇਗਾ ਕਿਸੇ ਵੀ ਧਾਰਮਿਕ ਜਾਂ ਜੋ ਜੋ ਮਤਲਬ ਸੈਂਸਿਟਿਵ ਇਸ਼ੂਜ਼ ਜਿਨ੍ਹਾਂ ਦੇ ਨਾਲ ਲੋਕਾਂ ਦੀ ਮਨਾਂ ਨੂੰ ਠੇਸ ਪਹੁੰਚੇ ਇਹੋ ਜਿਹੀਆਂ ਚੀਜ਼ਾਂ ਰੋਕੋ, ਮਤਲਬ ਕੋਈ ਇਹੋ ਜਿਹੇ ਨਿਯਮ ਬਣਾਉਣੇ ਚਾਹੀਦੇ ਆ ਸਰਕਾਰ ਨੂੰ। ਮੈਂ ਇਹ ਸੰਬੰਧ ਦੇਖੋ ਬਹੁਤ ਹੀ ਮੰਦਭਾਗੀ ਗੱਲ ਹੈ, ਜਾਂ ਤਾਂ ਫਿਲਮ ਬਣਾਉਣ ਵਾਲੇ ਹਿਸਟਰੀ ਨੂੰ ਨਹੀਂ ਜਾਣਦੇ ਜਾਂ ਫਿਲਮ ਬਣਾਉਣ ਵਾਲੇ ਹਰਿਮੰਦਰ ਸਾਹਿਬ ਬਾਰੇ ਨਹੀਂ ਜਾਣਦੇ ਹੈਗੇ, ਉਹਨਾਂ ਦੇ ਸ਼ਰਧਾਲੂਆਂ ਬਾਰੇ ਨਹੀਂ ਜਾਣਦੇ ਹੈਗੇ। ਆਪਾਂ ਸਿਰਫ ਇੱਕ ਮਹਾਰਾਜ ਦਾ ਨਾਂ ਲੈ ਕੇ ਅਸੀਂ ਕੋਈ ਵੀ ਧਰਮ, ਮੈਂ ਇੰਨੀ ਗੱਲ ਕਹਾਂਗਾ, ਚਾਹੇ ਕਿਸੇ ਵੀ ਧਰਮ ਦਾ ਤੁਸੀਂ ਲੈ ਲਓ, ਉਹ ਬਕਾਇਦਾ ਉਸ ਗੁਰੂਆਂ ਦਾ ਨਾਂ ਲੈ ਦੇਣਗੇ ਜਾਂ ਉਸ ਜਗ੍ਹਾ ਦੇ ਉੱਤੇ ਫੋਟੋ ਛਾਪ ਦੇਣਗੇ ਕਿ ਸਾਡੀ ਫਿਲਮ ਜ਼ਿਆਦਾ ਚੱਲੇਗੀ। ਇਹ ਨਹੀਂ ਦੇਖਦੇ ਕਿ ਉਸ ਮੂਰਤੀ ਦੀ ਜਾਂ ਉਸ ਮੰਦਰ ਗੁਰਦੁਆਰੇ ਦੀ ਉਹਦੀ ਕਿੰਨੀ ਬੇਅਦਬੀ ਹੁੰਦੀ ਹੈ। ਅਸੀਂ ਤਾਂ ਅਖਬਾਰਾਂ ਵਾਲਿਆਂ ਅੱਗੇ ਵੀ ਇਹ ਬੇਨਤੀ ਕਰਦੇ ਹਾਂ ਕਿ ਵੀ ਜੀ ਕਦੀ ਵੀ ਕੋਈ ਚੀਜ਼ ਨਾ ਲਿਆਓ, ਸੜਕਾਂ ਤਾਂ ਰੁਲਦੀਆਂ ਹੁੰਦੀਆਂ ਨੇ, ਉਹ ਚੀਜ਼ਾਂ ਇਹ ਚੀਜ਼ਾਂ ਨੇ। ਇਹ ਬਹੁਤ ਹੀ ਮੰਦਭਾਗੀ ਗੱਲ ਹੈਗੀ ਕਿ ਹਰਿਮੰਦਰ ਸਾਹਿਬ ਦੀ ਫੋਟੋ ਲਾ ਕੇ ਅਸੀਂ ਕਈ ਜਗ੍ਹਾ ਦੇਖਦੇ ਹਾਂ ਕਿ ਰਾਮ ਭਗਵਾਨ ਦੀ ਫੋਟੋ ਲਾ ਕੇ ਵੀ ਲੋਕ ਗੱਲ ਕਰਦੇ ਨੇ, ਕ੍ਰਿਸ਼ਨ ਮਹਾਰਾਜ ਦੀ ਵੀ ਗੱਲ ਕਰਦੇ ਨੇ, ਉਦੋਂ ਹਰਿਮੰਦਰ ਸਾਹਿਬ ਦੀ ਵੀ ਫੋਟੋ ਉਹਨਾਂ ਨੇ ਲਾਤੀ। ਮੈਂ ਤਾਂ ਕਹਿੰਦਾ ਜਾਂ ਤਾਂ ਉਹ ਹਿਸਟਰੀ ਨਹੀਂ ਜਾਣਦੇ ਗੁਰੂਆਂ ਦੇ ਬਾਰੇ, ਪਿਤਾ ਪਰਮੇਸ਼ਰ ਦੇ ਬਾਰੇ, ਜਾਂ ਉਹਨਾਂ ਦੀ ਸੋਚ ਨਹੀਂ ਹੈਗੀ ਹੈ ਬਾਜੀ, ਸਿਰਫ ਇੱਕ ਨਾਂ ਲੈ ਕੇ ਉਹ ਜੀ ਚੀਜ਼ ਨੂੰ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਫੇਮਸ ਕਰਨਾ ਚਾਹੁੰਦੇ ਨੇ। ਜਿੱਦਾਂ ਹੁਣ ਤੁਸੀਂ ਇਹ ਗੱਲ ਕੀਤੀ ਹੈ, ਕਈ ਟੀਵੀਆਂ 'ਤੇ ਇਹ ਗੱਲ ਚੱਲ ਗਈ ਹੈਗੀ, ਉਹਨਾਂ ਦੀ ਫਿਲਮ ਫੇਮਸ ਹੋ ਜਾਂਦੀ ਹੈ, ਉਹਨਾਂ ਦਾ ਮਕਸਦ ਹੀ ਇਹ ਹੁੰਦਾ ਵੇ ਕਿ ਸਿਰਫ ਪੈਸਾ ਕਮਾਉਣਾ, ਉਹਨਾਂ ਨੇ ਕਿਸੇ ਰੱਬ ਕੋਲੋਂ ਕੁਛ ਨਹੀਂ ਲੈਣਾ ਹੈਗਾ। ਇਨਸਾਨ ਇੰਨਾ ਗਿਰ ਚੁੱਕਾ ਅੱਜ ਦੀ ਡੇਟ ਦੇ ਵਿੱਚ ਕਿ ਹਰਿਮੰਦਰ ਸਾਹਿਬ ਵਰਗੀ ਜਗ੍ਹਾ 'ਤੇ ਜਿੱਥੇ ਪਿਤਾ ਪਰਮੇਸ਼ਰ ਖੁਦ ਹੈਗੇ ਨੇ ਔਰ ਖੁਦ ਆਏ ਨੇ ਉੱਤੇ, ਉਹਨਾਂ ਦੀ ਇੱਦਾਂ ਦੀ ਫੋਟੋ ਯੂਜ਼ ਕਰਕੇ ਆਪਣੀ ਫਿਲਮ ਨੂੰ ਜਿਹੜਾ ਹੈਗਾ ਪ੍ਰੋਤਸਾਹਨ ਦਿੰਦੇ ਨੇ ਔਰ ਪ੍ਰਮੋਟ ਕਰਦੇ ਹੈਗੇ ਨੇ, ਇਹਦੀ ਸਖ਼ਤ ਨਿੰਦਾ ਕਰਦੇ ਆ ਔਰ ਲੌਂਗੋਵਾਲ ਸਾਹਿਬ ਤੋਂ ਮੰਗ ਵੀ ਕਰਦੇ ਆ ਇਸ ਚੀਜ਼ ਦੀ ਕਿ ਇਹਦੇ 'ਤੇ ਜ਼ਰੂਰ ਜਿਹੜਾ ਹੈਗਾ ਵੀ ਉਹ ਐਕਸ਼ਨ ਲਿਆ ਜਾਵੇ ਕਿ ਹਰਿਮੰਦਰ ਸਾਹਿਬ ਦੀ ਫੋਟੋ ਨੂੰ ਕਿੱਦਾਂ ਯੂਜ਼ ਕੀਤਾ ਗਿਆ ਹੈਗਾ ਔਰ ਕਿੱਦਾਂ ਇਹੋ ਜਿਹੀ ਬੇਅਦਬੀ ਕੀਤੀ ਗਈ ਹੈਗੀ। ਦੇਖੋ ਮੈਂ ਉਹ ਫੋਟੋ ਦੇਖੀ ਨਹੀਂ, ਨਾ ਮੈਨੂੰ ਕਿਸੇ ਨੇ ਨੋਟਿਸ ਲਿਆਂਦੀ, ਤੁਸੀਂ ਮੈਨੂੰ ਇਹ ਗੱਲ ਕਹਿ ਰਹੇ ਹੋ। ਜੇ ਗੱਲ ਇਸ ਕਿਸਮ ਦੀ ਹੈ ਇਹ ਨਿੰਦਣੀ ਹੈ ਔਰ ਜਿਹੜੀਆਂ ਧਾਰਮਿਕ ਸਾਡੇ ਸਿੱਖ ਧਾਰਮਿਕ ਜਥੇਬੰਦੀਆਂ ਉਹਨਾਂ ਨੂੰ ਉਹਨਾਂ 'ਤੇ ਐਕਸ਼ਨ ਲੈਣਾ ਚਾਹੀਦਾ, ਕੇਸ ਰਜਿਸਟਰ ਕਰਾਓ, ਕੰਪਲੇਂਟ ਕਰੋ ਅਤੇ ਉਹਨਾਂ ਨੂੰ ਸਜ਼ਾ ਦਵਾਓ ਢੁਕਵੀਂ ਕਿ ਉਹਨਾਂ ਨੇ ਇਹ ਗੱਲ ਕਿਉਂ ਕੀਤੀ। ਸੋ ਇਹ ਗੱਲ ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।